ਬੰਬੇ ਟਾਈਮਸ ਫੈਸ਼ਨ ਵੀਕ 2024 ਦੀਆਂ ਇੱਕ ਤੋਂ ਬਾਅਦ ਇੱਕ ਵੀਡੀਓਜ਼ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਹੋਏ ਦੇਖ ਸਕਦੇ ਹਾਂ। ਬਾਲੀਵੁੱਡ ਦੇ ਇੱਕ ਤੋਂ ਬਾਅਦ ਇੱਕ ਸਿਤਾਰੇ ਸਾਨੂੰ ਇਸ ਫੈਸ਼ਨ ਵੀਕ ਦੇ ਵਿੱਚ ਸ਼ਮੂਲੀਅਤ ਦਰਜ ਕਰਵਾਉਂਦੇ ਹੋਏ ਨਜ਼ਰ ਆਏ। ਉਹਨਾਂ ਸਾਰਿਆਂ ਦੇ ਲੁੱਕਸ, ਉਹਨਾਂ ਸਾਰਿਆਂ ਦੇ ਸਟਾਈਲਸ ਦੇਖਦੇ ਹੀ ਬਣ ਰਹੇ ਸਨ, ਜਿਸ ਦੀ ਵੀਡੀਓਜ਼ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ। ਉੱਥੇ ਬੀਤੇ ਦਿਨ ਇਸ ਦਾ ਗ੍ਰੈਂਡ ਫਿਨਾਲੇ ਸੀ ਅਤੇ ਇਸ ਗ੍ਰੈਂਡ ਫਿਨਾਲੇ ਤੋਂ ਵੀ ਇੱਕ ਤੋਂ ਬਾਅਦ ਇੱਕ ਲੇਟੈਸਟ ਲੁੱਕਸ ਸਾਹਮਣੇ ਆ ਰਹੇ ਨੇ। ਇੱਕ ਤੋਂ ਬਾਅਦ ਇੱਕ ਲੁੱਕਸ ਦੇ ਵਿੱਚ ਇਹਨਾਂ ਸਾਰੇ ਸਿਤਾਰਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਆਓ ਸਭ ਪਹਿਲੇ ਦੇਖ ਲੈਂਦੇ ਹਾਂ ਇਹਨਾਂ ਸਾਰਿਆਂ ਦੀ ਇਹ ਸਪੌਟਡ ਵੀਡੀਓ। ਫੈਸ਼ਨ ਵੀਕ 2024 ਨੇ ਪਿਛਲੇ ਦਿਨ ਸੁਰਖੀਆਂ ਦਾ ਬਾਜ਼ਾਰ ਖੂਬ ਗਰਮ ਰੱਖਿਆ। ਇੱਕ ਤੋਂ ਬਾਅਦ ਇੱਕ ਸਿਤਾਰੇ ਸਾਨੂੰ ਇਸ ਦੇ ਸ਼ੋਅ ਸਟੋਪਰ ਵਜੋਂ ਜਾਂ ਖੂਬਸੂਰਤ ਮਾਡਲਸ ਵਜੋਂ ਰੈਂਪ ਵਾਕ ਕਰਦੇ ਹੋਏ ਨਜ਼ਰ ਆਏ। ਆਪਣੇ ਖੂਬਸੂਰਤ ਸਟਾਈਲ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ। ਉੱਥੇ ਹੀ ਬੀਤੇ ਦਿਨ ਸਾਨੂੰ ਇਸ ਦੀ ਨਵੀਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੁੰਦੀਆਂ ਹੋਈਆਂ ਦੇਖਣ ਨੂੰ ਮਿਲ ਸਕਦੀਆਂ ਨੇ। ਤਾਂ ਦੱਸ ਦਈਏ ਕਿ ਬੀਤੇ ਦਿਨ ਇਸ ਦਾ ਗ੍ਰੈਂਡ ਫਿਨਾਲੇ ਰੱਖਿਆ ਗਿਆ ਸੀ। ਇਸ ਗ੍ਰੈਂਡ ਫਿਨਾਲੇ ਦੇ ਵਿੱਚ ਸਾਨੂੰ ਬਾਲੀਵੁੱਡ ਦੇ ਇੱਕ ਤੋਂ ਵੱਧ ਇੱਕ ਸਿਤਾਰੇ ਸ਼ਾਮਿਲ ਹੁੰਦੇ ਹੋਏ ਦਿਖਾਈ ਦਿੱਤੇ। ਉੱਥੇ ਸਭ ਤੋਂ ਪਹਿਲੇ ਗੱਲ ਕਰ ਲੈਂਦੇ ਹਾਂ ਅਦਾਕਾਰਾ ਸੋਨਾਕਸ਼ੀ ਸਿਨਹਾ ਦੀ। ਸੋਨਾਕਸ਼ੀ ਸਿਨਹਾ ਇਸ ਸਮੇਂ ਸਾਨੂੰ ਸ਼ੋਅ ਸਟੋਪਰ ਵਜੋਂ ਰੈਂਪ ਵਾਕ 'ਤੇ ਖੂਬਸੂਰਤ ਬਲੈਕ ਕਲਰ ਦਾ ਲਹਿੰਗਾ ਪਹਿਨੇ ਚੱਲਦੀ ਨਜ਼ਰ ਆਈ। ਉਸ ਦੀ ਰੈਂਪ ਵਾਕ ਦੇ ਵਿੱਚ ਉਸਦੇ ਖੂਬਸੂਰਤ ਸਟਾਈਲ ਦੇਖਦੇ ਹੀ ਬਣ ਰਿਹਾ ਸੀ। ਆਪਣੇ ਇਸ ਖੂਬਸੂਰਤ ਬਲੈਕ ਲਹਿੰਗੇ ਦੇ ਵਿੱਚ ਉਸਦੀ ਖੂਬਸੂਰਤੀ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ। ਉੱਥੇ ਇਸ ਸਮੇਂ ਸਾਨੂੰ ਜੈਸਮਿਨ ਬਸੀਨ ਅਤੇ ਅਲੀ ਗੋਨੀ ਇਸ ਫੈਸ਼ਨ ਵੀਕ ਦੇ ਵਿੱਚ ਸ਼ਮੂਲੀਅਤ ਦਰਜ ਕਰਵਾਉਂਦੇ ਹੋਏ ਨਜ਼ਰ ਆਏ। ਅਲੀ ਗੋਨੀ ਅਤੇ ਜੈਸਮਿਨ ਦੋਵਾਂ ਦੇ ਹੀ ਲੁੱਕਸ ਦੇਖਦੇ ਬਣ ਰਹੇ ਸਨ, ਜਿੱਥੇ ਅਲੀ ਗੋਨੀ ਸਾਨੂੰ ਟ੍ਰੈਡੀਸ਼ਨਲ ਕੁੜਤੇ ਪਜਾਮੇ ਦੇ ਵਿੱਚ ਇੱਕ ਮਾਡਰਨ ਟੱਚ ਦਿੰਦੇ ਹੋਏ ਨਜ਼ਰ ਆਏ। ਉੱਥੇ ਹੀ ਜੈਸਮਿਨ ਸਾਨੂੰ ਬਰਾਊਨ ਕਲਰ ਦੇ ਖੂਬਸੂਰਤ ਲਹਿੰਗਾ ਕਮ ਡਰੈਸ ਦੇ ਵਿੱਚ ਨਜ਼ਰ ਆ ਸਕਦੀ ਹੈ। ਉੱਥੇ ਇਸ ਸਮੇਂ ਸਾਨੂੰ ਕਈ ਹੋਰ ਅਦਾਕਾਰ ਵੀ ਦੇਖਣ ਨੂੰ ਮਿਲੇ, ਜਿਨ੍ਹਾਂ ਦੇ ਵਿੱਚ ਮਨੀਸ਼ਾ ਰਾਣੀ ਦਾ ਵੀ ਨਾਂ ਸ਼ਾਮਿਲ ਹੈ। ਮਨੀਸ਼ਾ ਰਾਣੀ ਸਾਨੂੰ ਬਹੁਤ ਹੀ ਖੂਬਸੂਰਤ ਇੱਕ ਹੁੱਡੀ ਵਾਲਾ ਗਾਊਨ ਪਹਿਨੇ ਨਜ਼ਰ ਆਈ। ਆਪਣੇ ਇਸ ਸ਼ਿਮਰੀ ਗਾਊਨ ਦੇ ਵਿੱਚ ਉਸਦੀ ਖੂਬਸੂਰਤੀ ਹਰ ਕਿਸੇ ਦੇ ਦਿਲ ਨੂੰ ਜਿੱਤ ਰਹੀ ਸੀ ਅਤੇ ਹਰ ਕਿਸੇ ਨੂੰ ਉਸਨੇ ਇੱਕ ਵਾਰ ਫਿਰ ਤੋਂ ਦੀਵਾਨਾ ਬਣਾ ਲਿਆ। ਉੱਥੇ ਬਿਗ ਬੋਸ ਦੇ ਘਰ ਤੋਂ ਬਾਹਰ ਨਿਕਲ ਕੇ ਇੱਕ ਅਲੱਗ ਪਹਿਚਾਣ ਕਾਇਮ ਕਰ ਚੁੱਕੀ ਮਨਾਰਾ ਚੋਪੜਾ ਸਾਨੂੰ ਇਸ ਸਮੇਂ ਇਸ ਫੈਸ਼ਨ ਸ਼ੋਅ ਦੇ ਵਿੱਚ ਸ਼ਮੂਲੀਅਤ ਦਰਜ ਕਰਵਾਉਂਦੀ ਹੋਈ ਦੇਖਣ ਨੂੰ ਮਿਲੀ। ਆਪਣੀ ਗੋਲਡਨ ਕਲਰ ਦੀ ਖੂਬਸੂਰਤ ਬਲਾਊਜ਼ ਅਤੇ ਲਹਿੰਗੇ ਦੇ ਵਿੱਚ ਉਹ ਕਾਫੀ ਪਿਆਰੀ ਲੱਗ ਰਹੀ ਸੀ। ਉੱਥੇ ਇਸ ਸਮੇਂ ਸਾਨੂੰ ਮਸ਼ਹੂਰ ਅਦਾਕਾਰਾ ਆਮਿਆ ਦਸਤੂਰ ਖੂਬਸੂਰਤ ਸੈਕਸੀ ਫਿਸ਼ ਕੱਟ ਬਲੈਕ ਗਾਊਨ ਦੇ ਵਿੱਚ ਦੇਖਣ ਨੂੰ ਮਿਲੀ। ਉਸਦੀ ਵੋਕ ਦੇਖਦੇ ਹੀ ਬਣ ਰਹੀ ਸੀ ਅਤੇ ਹਰ ਕਿਸੇ ਨੂੰ ਉਸਨੇ ਆਪਣੇ ਸਟਾਈਲ ਦੇ ਨਾਲ ਦੀਵਾਨਾ ਬਣਾ ਲਿਆ। ਆਪਣੇ ਇਸ ਲੁੱਕ ਦੇ ਵਿੱਚ ਉਹ ਕਾਫੀ ਪਿਆਰੀ ਲੱਗ ਰਹੀ ਸੀ। ਉੱਥੇ ਇਸ ਸਮੇਂ ਸਾਨੂੰ ਟ੍ਰੈਡੀਸ਼ਨਲ ਅਵਤਾਰ ਦੇ ਵਿੱਚ ਵੀ ਕਈ ਅਦਾਕਾਰਾਂ ਖੂਬਸੂਰਤੀ ਦਾ ਜਲਵਾ ਬਿਖੇਰਦੀਆਂ ਹੋਈਆਂ ਨਜ਼ਰ ਆਈਆਂ, ਜਿਨ੍ਹਾਂ ਦੇ ਵਿੱਚ ਈਸ਼ਾ ਮਾਲਵੀਆ ਦਾ ਨਾਂ ਵੀ ਸ਼ਾਮਿਲ ਹੁੰਦਾ ਹੈ। ਈਸ਼ਾ ਮਾਲਵੀਆ ਸਾਨੂੰ ਬਹੁਤ ਹੀ ਖੂਬਸੂਰਤ ਵਿਵਿੰਗ ਕਲਰ ਦੇ ਲਹਿੰਗਾ ਸੈੱਟ ਦੇ ਵਿੱਚ ਨਜ਼ਰ ਆ ਸਕਦੀ ਹੈ। ਆਪਣੇ ਬੋਲਡ ਕਲਾਸੀ ਜੇ ਬਲਾਊਜ਼ ਦੇ ਨਾਲ ਉਸਨੇ ਖੂਬਸੂਰਤ ਸੈਟਨ ਦਾ ਲਹਿੰਗਾ ਕੈਰੀ ਕੀਤਾ ਹੋਇਆ ਸੀ। ਆਪਣੇ ਇਸ ਡਿਜ਼ਾਇਨਰ ਲੁੱਕ ਦੇ ਵਿੱਚ ਇਹਨਾਂ ਤੋਂ ਇਲਾਵਾ ਕਈ ਹੋਰ ਸਿਤਾਰੇ ਸਾਨੂੰ ਇਸ ਫੈਸ਼ਨ ਵੀਕ ਦੇ ਵਿੱਚ ਸ਼ਮੂਲੀਅਤ ਦਰਜ ਕਰਵਾਉਂਦੇ ਹੋਏ ਦੇਖਣ ਨੂੰ ਮਿਲੇ ਅਤੇ ਹੁਣ ਇਹਨਾਂ ਸਾਰਿਆਂ ਦੀਆਂ ਹੀ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਨੇ। ਉੱਥੇ ਇੱਕ ਵਾਰ ਫਿਰ ਤੋਂ ਇਹਨਾਂ ਸਾਰਿਆਂ ਦੇ ਲੁੱਕਸ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਰਹੇ ਨੇ।